ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਇ 26 ਵਿੱਚ ਅੱਜ ਆਪਾਂ ਪ੍ਰੀਥੀਏ ਦੇ ਪਰਲੋਕ ਗਮਨ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਇਹ ਪ੍ਰਸੰਗ ਸਰਵਣ ਕਰੀਏ। ਵੱਡਾ ਦੁਸ਼ਟ ਚੰਦੂ ਹਰ ਵੇਲੇ ਚਿੰਤਾ ਵਿੱਚ ਗਲਤਾਨ ਰਹਿੰਦਾ ਸੀ। ਮਾੜੀ ਬੁੱਧੀ ਵਾਲਾ ਦਿਨ ਰਾਤ ਗੁਰੂ ਜੀ ਦਾ ਨੁਕਸਾਨ ਕਰਨ ਬਾਰੇ ਹੀ ਚਾਹੁੰਦਾ ਰਹਿੰਦਾ ਸੀ। ਚਿੱਤ ਵਿੱਚ ਕਪਟ ਦੇ ਯਤਨਾਂ ਬਾਰੇ ਹੀ ਸੋਚਦਾ ਰਹਿੰਦਾ ਸੀ ਅਤੇ ਕਈ ਘਾੜਤਾਂ ਘੜਦਾ ਰਹਿੰਦਾ ਸੀ। ਪਹਿਲੇ ਵੀ ਕਈ ਉਪਾਅ ਕੀਤੇ ਸਨ ਪਰ ਪੇਸ਼ ਨਹੀਂ ਸੀ ਗਈ। ਬਾਦਸ਼ਾਹ ਨੂੰ ਪਤਾ ਨਾ ਲੱਗੇ ਮੈਂ ਇਸ ਤਰ੍ਹਾਂ ਚਤੁਰਾਈ ਕਰਕੇ ਮਾਰ ਦੇਵਾਂ, ਕਿਵੇਂ ਘਰ ਵਿੱਚ ਬੈਠੇ ਹੀ ਮਰ ਜਾਣ। ਇਸ ਤਰ੍ਹਾਂ ਸੋਚ ਸੋਚ ਕੇ ਆਨੰਦ ਵਧਾਉਂਦਾ ਸੀ। ਹੁਣ ਬਾਦਸ਼ਾਹ ਦਾ ਰੁੱਖ ਵੇਖਦਾ ਹਾਂ, ਜਿਸ ਸਮੇਂ ਪ੍ਰਸੰਨ ਹੋਣਗੇ ਅਤੇ ਮੇਰੇ ਨਾਲ ਗੱਲਾਂ ਕਰਨਗੇ ਤਦ ਮੈਂ ਰਸਦਾਇਕ ਗੱਲ ਕਹਾਂਗਾ। ਚੋਰ ਰੱਖਣ ਦੇ ਦੋਸ਼ ਨੂੰ ਮੈਂ ਫਿਰ ਯਾਦ ਕਰਵਾਵਾਂਗਾ। ਜੇ ਕੋਈ ਹੋਰ ਦਾਅ ਨਾ ਲੱਗਾ ਤਾਂ ਕਹਿ ਕੇ ਦੰਡ ਲਵਾਵਾਂਗਾ। ਮੌਕਾ ਭਾਲਦਾ ਰਹਿੰਦਾ ਸੀ। ਇਸ ਤਰ੍ਹਾਂ ਕਈ ਦਿਨ ਬਤੀਤ ਕੀਤੇ। ਇੱਕ ਆਦਮੀ ਪ੍ਰਿਥੀਏ ਪਾਸੋਂ ਆਇਆ। ਪ੍ਰਿਥੀਏ ਨੇ ਉਸਨੂੰ ਚਿੱਠੀ ਦੇ ਕੇ ਭੇਜਿਆ। ਜਦ ਚੰਦੂ ਨੇ ਖੋਲ੍ਹ ਕੇ ਪੜ੍ਹੀ ਤਾਂ ਉਸ ਵਿੱਚ ਇੰਝ ਲਿਖਿਆ ਸੀ, ਤੂੰ ਬੜਾ ਬੁੱਧੀਮਾਨ ਹੈ, ਸਾਰੇ ਕਾਰਜ ਪੂਰੇ ਕਰੇਗਾ, ਮੈਨੂੰ ਤੇਰੇ 'ਤੇ ਪੂਰਨ ਵਿਸ਼ਵਾਸ ਹੈ। ਬਾਦਸ਼ਾਹ ਨੂੰ ਉਪਦੇਸ਼ ਦੇ ਕੇ ਲਾਹੌਰ ਲਿਆਏ ਹੋ, ਅਜਿਹਾ ਕਾਰਜ ਤੁਸੀਂ ਹੀ ਕਰ ਸਕਦੇ ਹੋ, ਹੋਰ ਕੋਈ ਨਹੀਂ ਕਰ ਸਕਦਾ। ਦੁਸ਼ਮਣ ਨੂੰ ਮਾਰਨ ਦਾ ਸਮਾਂ ਹੁਣ ਤੇਰੇ ਪਾਸ ਬਹੁਤ ਨੇੜੇ ਆ ਗਿਆ ਹੈ, ਜੇ ਮੇਰੇ ਪਾਸੋਂ ਪੁਕਾਰ ਕਰਵਾਉਣੀ ਹੈ ਤਾਂ ਮੈਨੂੰ ਬੁਲਾ ਲਓ। ਬਹੁਤੇ ਦੋਸ਼ ਲਾ ਕੇ ਬਾਦਸ਼ਾਹ ਨੂੰ ਕਹਿ ਕੇ ਫੜਵਾ ਦਿਓ, ਮੈਨੂੰ ਲਿਖ ਕੇ ਭੇਜੋ ਕਿ ਮੈਂ ਆਪ ਆਵਾਂ ਅਤੇ ਮਿਲ ਕੇ ਯਤਨ ਕਰੀਏ। ਚਿੱਠੀ ਪੜ੍ਹ ਕੇ ਚੰਦੂ ਨੇ ਚਿੱਤ ਵਿੱਚ ਸੋਚਿਆ ਕਿ ਪਹਿਲਾਂ ਬਾਦਸ਼ਾਹ ਨੂੰ ਪੁੱਛਣਾ ਚਾਹੀਦਾ ਹੈ, ਫਿਰ ਪ੍ਰਿਥੀਆ ਨੂੰ ਤੁਰੰਤ ਪਾਸ ਬੁਲਵਾ ਲਵਾਂਗਾ। ਇਸ ਤਰ੍ਹਾਂ ਨਿਸ਼ਚੈ ਕਰਕੇ ਸਵੇਰੇ ਸਵਖਤੇ ਉੱਠ ਕੇ ਮਾੜੀ ਮਤ ਵਾਲਾ ਸੋਚਣ ਲੱਗਾ ਸੀ। ਬਾਦਸ਼ਾਹ ਦੇ ਪਾਸ ਜਾਣ ਵਾਸਤੇ ਚੱਲ ਪਿਆ। ਹਜ਼ਾਰਾਂ ਮਨੁੱਖ ਨਿਉਂ ਨਿਉਂ ਕੇ ਸਲਾਮਾਂ ਕਰਦੇ ਸਨ। ਚਾਂਦੀ ਦਾ ਡੰਡਾ ਫੜੀ ਚੋਬਦਾਰ ਅੱਗੇ ਅੱਗੇ ਜਾ ਰਿਹਾ ਸੀ ਅਤੇ ਕਈ ਮਨੁੱਖਾਂ ਨੂੰ ਲਾਂਭੇ ਕਰ ਰਹੇ ਸਨ। ਨਾਲ ਨਾਲ ਪੈਦਲ ਜਵਾਨ ਚਾਰੇ ਪਾਸੇ ਜਾ ਰਹੇ ਸਨ। ਕਈ ਸੇਵਕ ਅੱਗੇ ਪਿੱਛੇ ਦੌੜਦੇ ਜਾ ਰਹੇ ਸਨ। ਭੱਟ ਬੋਲਦਾ ਜਾਂਦਾ ਸੀ ਅਤੇ ਸ੍ਰੇਸ਼ਟ ਜਸ ਸੁਣਾਈ ਜਾ ਰਿਹਾ ਸੀ। ਕੁਝ ਸੂਰਮੇ ਅੱਗੇ ਅੱਗੇ ਚੱਲ ਰਹੇ ਸਨ। ਉਹਨਾਂ ਨੇ ਤਲਵਾਰਾਂ ਅਤੇ ਢਾਲਾਂ ਪਹਿਨੀਆਂ ਹੋਈਆਂ ਸਨ। ਕਈ ਸੁੰਦਰ ਬਚਨ ਬੋਲ ਕੇ ਸਨਮਾਨ ਕਰ ਰਹੇ ਸਨ। ਮੰਗਤੇ ਅਤੇ ਆਮ ਲੋਕ ਬੋਲ ਰਹੇ ਸਨ। ਪਾਲਕੀ 'ਤੇ ਚੜ੍ਹ ਕੇ ਜਾ ਰਿਹਾ ਸੀ। ਗਲ ਵਿੱਚ ਬਹੁਤ ਪੱਲਿਆਂ ਵਾਲਾ ਜਾਮਾ ਪਾਇਆ ਹੋਇਆ ਸੀ ਅਤੇ ਸਿਰ 'ਤੇ ਵੱਡੀ ਪੱਗ ਬੱਧੀ ਹੋਈ ਸੀ। ਦੋਹੀਂ ਪਾਸੇ ਸਲਾਮਾਂ ਹੋ ਰਹੀਆਂ ਸਨ ਅਤੇ ਚੱਲਦਾ ਹੋਇਆ ਸ਼ਾਹੀ ਦਰਬਾਰ ਵਿੱਚ ਦਾਖਲ ਹੋ ਗਿਆ। ਦੀਵਾਨ ਨੂੰ ਵੇਖ ਕੇ ਸਾਰੇ ਮਨੁੱਖ ਖੜ੍ਹੇ ਹੋ ਗਏ ਅਤੇ ਉਤਸ਼ਾਹ ਨਾਲ ਸਨਮਾਨ ਕੀਤਾ। ਜਦ ਡਿਉੜੀ ਵਿੱਚ ਦਾਖਲ ਹੋਇਆ ਤਾਂ ਸਾਰੇ ਸੂਰਮੇ ਖੜ੍ਹੇ ਹੋ ਗਏ। ਫਿਰ ਉਮਰਾਵਾਂ ਵਿੱਚ ਗਿਆ ਜਿਹੜੇ ਧੰਨ ਕਰਕੇ ਬਹੁਤ ਅਮੀਰ ਸਨ। ਜਹਾਂਗੀਰ ਤਖ਼ਤ 'ਤੇ ਬੈਠਾ ਸੀ ਅਤੇ ਸਾਰੇ ਨਮਸਕਾਰਾਂ ਕਰ ਰਹੇ ਸਨ। ਫਿਰ ਉਤਸ਼ਾਹ ਧਾਰ ਕੇ ਆਪਣੀ ਅਸਲੀ ਥਾਂ 'ਤੇ ਬੈਠ ਗਿਆ। ਬਾਦਸ਼ਾਹ ਨੂੰ ਬੜੀ ਚਤੁਰਾਈ ਨਾਲ ਨਮਸਕਾਰ ਕੀਤੀ। ਬੜੇ ਮਿੱਠੇ ਬਚਨ ਬੋਲ ਕੇ ਬਾਦਸ਼ਾਹ ਦੀ ਵਡਿਆਈ ਕੀਤੀ। ਬਾਦਸ਼ਾਹ ਹੱਸ ਕੇ ਬਹੁਤ ਖੁਸ਼ ਹੋਇਆ ਅਤੇ ਸਾਰੀ ਸਭਾ ਨੇ ਚੰਦੂ ਦੀ ਵਡਿਆਈ ਕੀਤੀ। ਕਹਿਣ ਲੱਗੇ, ਚੰਦੂ ਦੀਵਾਨ ਬਹੁਤ ਪੁਰਾਣਾ ਹੈ, ਬਾਦਸ਼ਾਹ ਦੇ ਚਿੱਤ ਨੂੰ ਬਹੁਤ ਚੰਗਾ ਲੱਗਦਾ ਹੈ। ਫਿਰ ਮੌਕਾ ਪਾ ਕੇ ਚੰਦੂ ਬੋਲਿਆ, ਹੇ ਜਹਾਂ ਪਨਾਹ ਸੁਣੋ, ਬਹੁਤ ਦਿਨ ਹੋਏ, ਪ੍ਰਿਥੀਏ ਨੇ ਆਪਣਾ ਦੁੱਖ ਤੁਹਾਡੇ ਪਾਸ ਕਿਹਾ ਸੀ। ਤੁਸੀਂ ਕਿਹਾ ਸੀ ਜਦ ਲਾਹੌਰ ਚੱਲਾਂਗੇ ਤਾਂ ਇਹਨਾਂ ਦਾ ਝਗੜਾ ਨਿਬੇੜਾਂਗੇ। ਉਹ ਉਸ ਸਮੇਂ ਦਾ ਇੰਝ ਇੰਤਜ਼ਾਰ ਕਰਕੇ ਵੇਖ ਰਿਹਾ ਹੈ ਜਿਵੇਂ ਭੁੱਖਾ ਭੋਜਨ ਵੱਲ ਵੇਖਦਾ ਹੈ। ਹੁਣ ਤੁਹਾਡੇ ਪਾਸ ਆਉਣਾ ਚਾਹੁੰਦਾ ਹੈ, ਤੁਹਾਡਾ ਜਿਵੇਂ ਹੁਕਮ ਹੋਵੇ ਸੁਣ ਕੇ ਨਿਆਂ ਕਰਕੇ ਨਿਬੇੜਾ ਕਰ ਦਿਓ। ਜੇ ਕਹੋ ਤਾਂ ਦੋਵਾਂ ਨੂੰ ਇੱਥੇ ਬੁਲਾ ਲਈਏ। ਬਾਦਸ਼ਾਹ ਵਾਸਤੇ ਇਮਾਨ ਸਭ ਤੋਂ ਵੱਡਾ ਹੈ। ਨਿਤ ਨਿਆਂ ਕਰਦੇ ਹੋ, ਯਥਾਯੋਗ ਪ੍ਰਜਾ ਨੂੰ ਰੱਖਦੇ ਹੋ ਅਤੇ ਸਭ ਦੀ ਪਾਲਣਾ ਕਰਦੇ ਹੋ। ਸਾਰੇ ਕੰਮ ਨਾਲੋਂ ਇਹ ਵੱਡਾ ਕਾਰਜ ਹੈ। ਨਿਤ ਦਾ ਹੀ ਝਗੜਾ ਮੁਕਾ ਦਿੰਦੇ ਹੋ। ਤੁਹਾਡੇ ਵਰਗਾ ਹੋਰ ਕੋਈ ਨਹੀਂ ਜਿਹੜੇ ਪ੍ਰਜਾ ਨੂੰ ਸੁੱਖ ਨਾਲ ਵਸਾਉਂਦੇ ਹੋ। ਰਾਜੇ ਅਤੇ ਗਰੀਬ ਵਿੱਚ ਨਿਆਂ ਕਰਦੇ ਸਮੇਂ ਤੁਸੀਂ ਇੱਕੋ ਜਿਹੇ ਜਾਣੇ ਜਾਂਦੇ ਹੋ। ਤੁਸੀਂ ਦੁੱਧ ਪਾਣੀ ਨੂੰ ਵੱਖ ਵੱਖ ਕਰਦੇ ਹੋ ਅਤੇ ਕੋਈ ਵੀ ਔਹਲਾ ਨਹੀਂ ਰੱਖਦੇ ਹੋ। ਸੂਰਜ ਵਾਂਗ ਤੁਹਾਡਾ ਨਿਆਂ
ਪ੍ਰਕਾਸ਼ਮਾਨ ਹੋਇਆ ਹੈ ਅਤੇ ਅਨਿਆਂ ਦੇ ਹਨੇਰੇ ਨੂੰ ਤੁਸੀਂ ਦੂਰ ਕੀਤਾ ਹੈ। ਚੋਰ, ਯਾਰ, ਡਾਕੂ, ਠੱਗ ਅਤੇ ਰਾਤ ਨੂੰ ਫਿਰਨ ਵਾਲੇ ਸਾਰੇ ਮਿਟਾ ਦਿੱਤੇ ਹਨ। ਚੰਦੂ ਦੀ ਇਹ ਗੱਲ ਸੁਣ ਕੇ ਬਾਦਸ਼ਾਹ ਨੇ ਕਿਹਾ, ਗੁਰੂ ਜੀ ਨੂੰ ਨਾ ਬੁਲਾਓ, ਜੇ ਪ੍ਰਿਥੀਆ ਪੁਕਾਰ ਕਰੇ ਤਾਂ ਉਸ ਨੂੰ ਆਪਣੇ ਪਾਸ ਬੁਲਾਓ। ਪਹਿਲਾਂ ਇਹ ਸੁਣ ਕੇ ਨਿਰਣਾ ਕਰੀਏ ਕਿ ਪ੍ਰਿਥੀਆ ਕਿਵੇਂ ਪੁਕਾਰ ਕਰਦਾ ਹੈ, ਫਿਰ ਗੁਰੂ ਜੀ ਦੇ ਉੱਘੇ ਸਿੱਖਾਂ ਨੂੰ ਬੁਲਾ ਕੇ ਗਵਾਹੀ ਲੈ ਲਵਾਂਗੇ। ਸ਼੍ਰੀ ਗੁਰੂ ਜੀ ਨੂੰ ਬਾਅਦ ਵਿੱਚ ਬੁਲਾਵਾਂਗਾ ਜੇ ਉਚਿਤ ਵੇਖਾਂਗੇ, ਯਥਾ ਯੋਗ ਕਰਾਂਗੇ, ਕਿਸੇ ਦਾ ਪੱਖ ਨਹੀਂ ਪੂਰਾਂਗੇ। ਹੱਥ ਜੋੜ ਕੇ ਚੰਦੂ ਨੇ ਕਿਹਾ, ਬਹੁਤ ਅੱਛਾ ਜੀ। ਬਾਦਸ਼ਾਹ ਉੱਠ ਕੇ ਚਲਾ ਗਿਆ। ਸਭਾ ਬਰਖਾਸਤ ਹੋ ਗਈ। ਚੰਦੂ ਪ੍ਰਸੰਨ ਹੋ ਗਿਆ ਅਤੇ ਉਸੇ ਵੇਲੇ ਆਪਣੇ ਘਰ ਨੂੰ ਗਿਆ। ਪ੍ਰਿਥੀਆ ਦੇ ਏਲਚੀ ਨੂੰ ਜਾ ਕੇ ਸਾਰੀ ਗੱਲ ਸੁਣਾਈ। ਪ੍ਰਿਥੀਆ ਨੂੰ ਜਾ ਕੇ ਤੁਰੰਤ ਇੱਥੇ ਲੈ ਕੇ ਆਓ। ਇਹ ਸੁਣ ਕੇ ਏਲਚੀ ਤੁਰੰਤ ਕੋਠੇ ਪਿੰਡ ਵੱਲ ਚਲੇ ਗਿਆ। ਪ੍ਰਿਥੀਆ ਬੈਠਾ ਉਡੀਕ ਰਿਹਾ ਸੀ। ਏਲਚੀ ਨੇ ਉਸਨੂੰ ਮਿਲ ਕੇ ਸਾਰੀ ਗੱਲ ਸੁਣਾਈ। ਬਾਦਸ਼ਾਹ ਨੇ ਤੁਹਾਨੂੰ ਯਾਦ ਕੀਤਾ ਹੈ, ਹੁਣ ਛੇਤੀ ਚੱਲੋ, ਦੇਰ ਨਾ ਲਾਓ। ਚੰਦੂ ਨੇ ਬੜੇ ਪ੍ਰਸੰਨ ਹੋ ਕੇ ਭੇਜਿਆ ਹੈ, ਹੁਣ ਰਸਤੇ ਪੈਣ ਦੀ ਤਿਆਰੀ ਕਰੋ। ਇਹ ਸੁਣ ਕੇ ਪ੍ਰਿਥੀਆ ਦਾ ਹੌਸਲਾ ਵੱਧ ਗਿਆ। ਤਿਆਰੀ ਕਰਵਾਈ, ਪੁੱਤਰ ਮਿਹਰਬਾਨ ਦੇ ਨਾਲ ਕਰਮੋਂ ਵੀ ਪਾਸ ਆਈ ਅਤੇ ਕਹਿਣ ਲੱਗੀ, ਤੁਸੀਂ ਚਤੁਰ ਬੁੱਧੀ ਵਾਲੇ ਹੋ, ਤੁਹਾਨੂੰ ਕੀ ਸਮਝਾਵਾਂ। ਸ਼ੁਭ ਰੀਤੀ ਦੀ ਗੱਲ ਇਸ ਤਰ੍ਹਾਂ ਕਰੋ ਕਿ ਉਹ ਸਹਿ ਸੁਭਾਅ ਹੀ ਲੱਗੇ, ਉਲਟੀ ਸਾਡੇ ਗਲ ਹੀ ਨਾ ਪਵੇ, ਜਿਸ ਨਾਲ ਸਾਡੀ ਇੱਜ਼ਤ ਹੀ ਜਾਂਦੀ ਰਹੇ। ਸਾਡਾ ਗੁਜ਼ਾਰਾ ਬੜਾ ਚੰਗਾ ਚੱਲਦਾ ਹੈ, ਅਸੀਂ ਇਸ ਤਰ੍ਹਾਂ ਹੀ ਠੀਕ ਹਾਂ। ਤੁਰਕਾਂ ਨਾਲ ਸਾਡਾ ਵਾਹ ਪਵੇਗਾ, ਉਹ ਸਨਮਾਨ ਨਹੀਂ ਕਰਨਗੇ। ਜੇ ਕੁਝ ਨੁਕਸਾਨ ਹੋ ਗਿਆ ਤਾਂ ਸ਼ਰੀਕ ਲੋਕ ਮਜ਼ਾਕ ਕਰਨਗੇ। ਮੈਨੂੰ ਤਾਂ ਹੁਣ ਤੁਹਾਡਾ ਕਿਤੇ ਜਾਣਾ ਚੰਗਾ ਨਹੀਂ ਲੱਗਦਾ। ਗੁਰੂ ਜੀ ਨੇ ਬਹੁਤ ਪਦਾਰਥ ਦਿੱਤੇ ਹਨ ਅਤੇ ਚੰਗਾ ਗੁਜ਼ਾਰਾ ਚੱਲ ਰਿਹਾ ਹੈ। ਇਹ ਸੁਣ ਕੇ ਪ੍ਰਿਥੀਏ ਧੀਰਜ ਦਿੱਤਾ, ਕਿਸ ਤਰ੍ਹਾਂ ਦੇ ਬੋਲ ਬੋਲਦੀ ਹੈ, ਹੁਣ ਗੱਦੀ ਲੈਣ ਦਾ ਸਮਾਂ ਆਇਆ ਹੈ, ਕਿਵੇਂ ਘਰ ਵਿੱਚ ਬੈਠ ਜਾਈਏ, ਜਿਉਂਦੇ ਰਹੀਏ, ਦੁਸ਼ਮਣ ਨੂੰ ਮਾਰੀਏ, ਫਿਰ ਆ ਕੇ ਮਿਲ ਪਵਾਂਗੇ, ਨਹੀਂ ਤਾਂ ਬਾਦਸ਼ਾਹ ਦੇ ਦਰ ਹੀ ਬੈਠਾ ਰਹਾਂਗਾ, ਉਸ ਨੂੰ ਕਿਸੇ ਤਰ੍ਹਾਂ ਮਨਵਾ ਲਵਾਂਗਾ। ਮਿਹਰਬਾਨ ਮੇਰਾ ਬਹੁਤ ਵਿਧੀਆਂ ਨਾਲ ਸੁੱਖ ਪਾਵੇ, ਮੇਰੀ ਉਮਰ ਤਾਂ ਹੁਣ ਬੀਤ ਗਈ ਹੈ, ਥੋੜ੍ਹੇ ਦਿਨ ਹੀ ਬਾਕੀ ਹਨ। ਮਿਹਰਬਾਨ ਨੂੰ ਆਪਣੀ ਗੋਦ ਵਿੱਚ ਲਿਆ ਅਤੇ ਮੱਥਾ ਚੁੰਮਿਆ। ਸਭ ਰੀਤੀਆਂ ਨਾਲ ਸਮਝਾ ਕੇ ਉਹ ਜਾਣਾ ਚਾਹੁੰਦਾ ਸੀ, ਜਦ ਬਾਹਰ ਨਿਕਲਿਆ ਅਤੇ ਸਾਹਮਣੇ ਕਿਸੇ ਛਿੱਕ ਮਾਰੀ ਅਤੇ ਖੱਬੇ ਅੰਗ ਵੀ ਫੜ ਕੇ ਲੱਕੜੀਆਂ ਦੀ ਪੰਡ ਚੁੱਕੀ, ਇੱਕ ਕੋਝਾ ਆਦਮੀ ਅੱਗੋਂ ਮਿਲਿਆ। ਕਰਮੋਂ ਨੇ ਬਹੁਤ ਸੰਸਾ ਕੀਤਾ ਪਰ ਉਸਨੂੰ ਰੋਕ ਨਾ ਸਕੀ। ਸੱਜੀ ਅੱਖ ਫੜਕਣ ਕਰਕੇ ਦਿਲ ਵਿੱਚ ਬਹੁਤ ਦੁੱਖ ਮਨਾਇਆ। ਪ੍ਰਿਥੀਆ ਕੁਝ ਵੀ ਮਨ ਵਿੱਚ ਨਹੀਂ ਸੀ ਗਿਣਦਾ। ਉਹ ਸਮਝਦਾ ਸੀ ਉਸਦਾ ਪੱਖੀ ਚੰਦੂ ਉੱਥੇ ਮੌਜੂਦ ਹੈ, ਲਾਹੌਰ ਜਾ ਕੇ ਯਤਨ ਕਰਕੇ ਛੋਟੇ ਭਰਾ ਦਾ ਨਾਸ਼ ਕਰਵਾਵਾਂਗਾ। ਕੁਝ ਸੇਵਕ ਆਪਣੇ ਪਾਸ ਲੈ ਕੇ ਪੱਛਮ ਵਾਲੇ ਪਾਸੇ ਮੂੰਹ ਕਰ ਲਿਆ। ਲਾਲਚ ਦਾ ਮਾਰਿਆ ਹੋਇਆ ਛੇਤੀ ਛੇਤੀ ਲਾਹੌਰ ਦੇ ਰਾਹੇ ਪੈ ਗਿਆ। ਰਾਤ ਨੂੰ ਆਰਾਮ ਕਰਦਾ ਸੀ ਅਤੇ ਦਿਨ ਸਮੇਂ ਚੱਲਦਾ ਸੀ। ਥੋੜ੍ਹੇ ਦਿਨਾਂ ਵਿੱਚ ਜਦ ਤਰਨ ਤਾਰਨ ਦੇ ਪਾਸ ਪਹੁੰਚ ਗਿਆ ਤਾਂ ਨਾਲ ਦੇ ਮਨੁੱਖ ਕਹਿਣ ਲੱਗੇ, ਗੁਰੂ ਜੀ ਨੇ ਇੱਥੇ ਬਹੁਤ ਵੱਡਾ ਤੀਰਥ ਬਣਾਇਆ ਹੈ, ਇਸ ਵਿੱਚ ਇਸ਼ਨਾਨ ਕਰ ਲਓ, ਅੱਗੇ ਜਾ ਕੇ ਡੇਰਾ ਕਰਾਂਗੇ, ਛੇਤੀ ਹੀ ਰਾਤ ਪੈਣ ਵਾਲੀ ਹੈ, ਬਹੁਤ ਕੋਹ ਚੱਲ ਕੇ ਆਏ ਹਾਂ, ਇਸ ਲਈ ਥੱਕ ਗਏ ਹਾਂ, ਹੁਣ ਵਿਸ਼ਰਾਮ ਕਰ ਲਈਏ। ਪ੍ਰਿਥੀਆ ਜਿਸ ਦਾ ਮਨ ਟੇਢਾ ਸੀ ਇਹ ਸੁਣ ਕੇ ਬੜੇ ਗੁੱਸੇ ਵਿੱਚ ਆਇਆ, ਇਹ ਛੱਪੜੀ ਤੀਰਥ ਨਹੀਂ ਹੋ ਸਕਦੀ, ਇਸ ਵਿੱਚ ਇਸ਼ਨਾਨ ਕਰਨ ਦਾ ਕੀ ਫਲ ਮਿਲ ਸਕਦਾ ਹੈ, ਇਹ ਗੁਰੂ ਜੀ ਨੇ ਨਹੀਂ ਬਣਾਈ ਹੈ, ਇਹ ਸਥਾਨ ਕੋਈ ਪੂਰੀ ਨਹੀਂ ਪਾ ਸਕਦਾ। ਤੁਰਕਾਂ ਨੇ ਆਵਿਆਂ ਦੀਆਂ ਇੱਟਾਂ ਖੋਹ ਲਈਆਂ ਸਨ ਅਤੇ ਇਸ ਨੂੰ ਬਣਾਉਣ ਨਹੀਂ ਸੀ ਦਿੱਤਾ। ਚਲੋ ਅੱਗੇ ਜਾ ਕੇ ਵੇਖਦੇ ਹਾਂ ਜਿਹੜਾ ਅਸੀਂ ਤੀਰਥ ਬਣਾਇਆ ਹੈ, ਉੱਥੇ ਜਾ ਕੇ ਵਿਸ਼ਰਾਮ ਕਰਦੇ ਹਾਂ ਅਤੇ ਸਾਰੇ ਥਕੇਵੇਂ ਨੂੰ ਦੂਰ ਕਰਦੇ ਹਾਂ, ਭਲੇ ਸੁਖੀ ਹੋਏ ਹਾਂ, ਦੋ ਤਿੰਨ ਦਿਨ ਉੱਥੇ ਠਹਿਰ ਕੇ ਗੁਜ਼ਾਰਦੇ ਹਾਂ। ਗੁਰੂ ਜੀ ਦਾ ਤੀਰਥ ਵੇਖਣ ਤੋਂ ਬਗੈਰ ਅੱਗੇ ਚਲੇ ਗਏ, ਹੇਅਰ ਪਿੰਡ ਵਿੱਚ ਪਹੁੰਚ ਗਏ ਅਤੇ ਉੱਥੇ ਜਾ ਕੇ ਬੜੇ ਪ੍ਰਸੰਨ ਹੋ ਕੇ ਉਤਾਰਾ ਕੀਤਾ। ਪ੍ਰਿਥੀਆ ਸਿੱਖਾਂ ਨੂੰ ਉਪਦੇਸ਼ ਦੇਣ ਲੱਗਾ, ਇਹ ਬਹੁਤ ਚੰਗਾ ਤੀਰਥ ਹੈ, ਇੱਥੇ ਸ਼ਰਧਾ ਧਾਰ ਕੇ ਇਸ਼ਨਾਨ ਕਰੋ ਅਤੇ ਮੂੰਹ ਮੰਗੀ ਮੁਰਾਦ ਪਾਓ, ਫਿਰ ਵਿਸ਼ਰਾਮ ਕਰਕੇ ਥਕਾਵਟ ਦੂਰ ਕਰੋ, ਬਾਅਦ ਵਿੱਚ ਲਾਹੌਰ ਚੱਲਾਂਗੇ। ਬੜਾ ਸਵਾਦ ਲਾ ਕੇ ਖਾਣਾ ਪੀਣਾ ਕੀਤਾ। ਰਾਤ ਪੈਣ 'ਤੇ ਸੌਂ ਗਏ ਅਤੇ ਫਿਰ ਸਵੇਰੇ ਸਵਖਤੇ ਉੱਠ ਕੇ ਨਹਾਏ, ਫਿਰ ਕੜਾਹ ਪ੍ਰਸ਼ਾਦ ਤਿਆਰ ਕੀਤਾ ਅਤੇ ਵਰਤਾ ਕੇ ਅਤੇ ਖਾ ਕੇ ਬਹੁਤ ਪ੍ਰਸੰਨ ਹੋਏ। ਤਿੰਨ ਦਿਨ ਉੱਥੇ ਰਹਿ ਕੇ ਬਤੀਤ ਕੀਤੇ ਅਤੇ ਸ਼ਾਮ ਨੂੰ ਕਹਿਣ ਲੱਗਾ, ਕੱਲ੍ਹ ਨੂੰ ਲਾਹੌਰ ਚੱਲਦੇ ਹਾਂ ਅਤੇ ਕਾਰਜ ਪੂਰਾ ਕਰਦੇ ਹਾਂ। ਚੰਦੂ ਇੰਤਜ਼ਾਰ ਕਰ ਰਿਹਾ ਹੈ, ਮੇਰਾ ਇੱਕ ਸਿੱਖ ਉਸ ਨੂੰ ਮਿਲ ਕੇ ਆਇਆ ਹੈ, ਉਹ ਸ਼੍ਰੀ ਅਰਜਨ ਦੇਵ ਜੀ ਨੂੰ ਮਾਰਨਾ ਚਾਹੁੰਦਾ ਹੈ ਅਤੇ ਮੇਰੀ ਸਹਾਇਤਾ ਚਾਹੁੰਦਾ ਹੈ। ਰਾਤ ਪਈ ਤਾਂ ਭੋਜਨ ਖਾਧਾ, ਇੱਕ ਸਿੱਖ ਦਹੀਂ ਲੈ ਕੇ ਆਇਆ, ਬਾਸਮਤੀ ਦੇ ਬਹੁਤ ਚਾਵਲ ਸਾਗ ਨਾਲ ਖਾ ਲਏ, ਸਵਾਦ ਸਵਾਦ ਵਿੱਚ ਬਹੁਤ ਖਾ ਗਿਆ, ਮਾਨੋ ਹੁਣੀ ਨੇ ਖਵਾਏ ਹੋਣ। ਗਲ ਤੱਕ ਪੇਟ ਭਰ ਕੇ ਰਾਤ ਨੂੰ ਸੌਂ ਗਿਆ। ਅੱਧੀ ਰਾਤ ਨੂੰ ਬਦਹਜ਼ਮੀ ਹੋ ਗਈ ਅਤੇ ਹੈਜਾ ਹੋ ਗਿਆ, ਢਿੱਡ ਵਿੱਚ ਬੜਾ ਸੂਲ ਉੱਠਿਆ,
ਜਿਵੇਂ ਸੂਲ ਚੁਭਦੀ ਹੋਵੇ ਤੇ ਬੜਾ ਵਿਆਕੁਲ ਹੋ ਗਿਆ। ਪ੍ਰਿਥਿਆ ਬਹੁਤ ਉੱਚੀ ਉੱਚੀ ਹਾਏ ਹਾਏ ਕਰ ਰਿਹਾ ਸੀ। ਜਿਹੜੇ ਲਾਗੇ ਬੰਦੇ ਸੁੱਤੇ ਸੀ ਉਹ ਵੀ ਜਾਗ ਪਏ। ਉਸ ਵੇਲੇ ਕੀ ਯਤਨ ਕਰਦੇ, ਲਾਗੇ ਕੋਈ ਦਵਾ ਘਰ ਵੀ ਨਹੀਂ ਸੀ, ਨਾ ਹੀ ਪਿੰਡ ਵਿੱਚ ਕੋਈ ਹਕੀਮ ਸੀ, ਕੋਈ ਵੀ ਉਪਾਅ ਨਾ ਹੋ ਸਕਿਆ। ਸਾਰੇ ਸਾਥੀ ਰੋ ਰਹੇ ਸਨ ਕਿਉਂਕਿ ਪ੍ਰਿਥਿਆ ਵਾਲੀ ਆਸ ਮੁੱਕ ਗਈ ਸੀ। ਪ੍ਰਿਥਿਆ ਨੇ ਜਦ ਵੇਖਿਆ ਕਿ ਹੁਣ ਮੌਤ ਨੇੜੇ ਹੈ ਤੇ ਪ੍ਰਾਣ ਨਹੀਂ ਬਚਣਗੇ, ਤਾਂ ਦਾਸਾਂ ਨੂੰ ਆਪਣਾ ਹਿੱਤੂ ਜਾਣ ਕੇ ਇਸ ਤਰ੍ਹਾਂ ਕਿਹਾ, ਹੁਣ ਮੈਂ ਪਰਲੋਕ ਚਲਾ ਜਾਵਾਂਗਾ, ਰੋਗ ਬਹੁਤ ਵੱਧ ਗਿਆ ਹੈ, ਇਸ ਥਾਂ ਹੀ ਦਾਹ ਸੰਸਕਾਰ ਤੇ ਕਪਾਲ ਕਿਰਿਆ ਕਰ ਦਿਓ। ਮੇਰੇ ਪਿੱਛੋਂ ਮੇਰੀ ਅੰਸ਼ ਵਿੱਚੋਂ ਜੇ ਕੋਈ ਮਰੇ ਤਾਂ ਉਸਦਾ ਵੀ ਇਸ ਥਾਂ ਲਿਆ ਕੇ ਦਾਹ ਸੰਸਕਾਰ ਕਰਨਾ, ਇਹ ਸਾਰਿਆਂ ਨੂੰ ਦੱਸ ਦੇਣਾ, ਮੇਰੇ ਸੰਬੰਧੀ ਫਿਰ ਮੈਨੂੰ ਮਿਲ ਪੈਣਗੇ ਤੇ ਉੱਤਮ ਫਲ ਪ੍ਰਾਪਤ ਕਰਨਗੇ। ਮਿਹਰਬਾਨ ਨੂੰ ਕਹਿਣਾ ਕਿ ਬਹੁਤਾ ਨਾ ਰੋਵੇ। ਇਹ ਰੀਤੀ ਸਾਰੇ ਜਗਤ ਦੀ ਹੈ, ਕੋਈ ਆਉਂਦਾ ਹੈ ਅਤੇ ਕੋਈ ਜਾਂਦਾ ਹੈ। ਸਵੇਰੇ ਨਾਮ ਜਪ ਕੇ ਮੇਰੀ ਕਿਰਿਆ ਕਰਮ ਕਰੋ, ਫਿਰ ਜਾ ਕੇ ਚੰਦ ਨੂੰ ਮਿਲੋ ਅਤੇ ਗੁਰਤਾ ਗੱਦੀ ਨੂੰ ਲਵੋ। ਜਿਵੇਂ ਕਿਵੇਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਮਾਰ ਕੇ ਖੁਸ਼ੀਆਂ ਮਨਾਓ, ਆ ਕੇ ਸਾਰੀਆਂ ਕਾਮਨਾਵਾਂ ਪੂਰੀਆਂ ਕਰੋ। ਹੁਣ ਸਭ ਪ੍ਰਬੰਧ ਹੋ ਗਿਆ ਹੈ, ਆਪਣੇ ਵੈਰ ਨੂੰ ਸੰਭਾਲੋ ਅਤੇ ਇਸ ਵਿੱਚ ਕੋਈ ਟਾਲ ਮਟੋਲ ਨਾ ਕਰੋ। ਇਸ ਤਰ੍ਹਾਂ ਕਹਿ ਕੇ ਧਰਤੀ 'ਤੇ ਲੇਟ ਗਿਆ ਅਤੇ ਬਹੁਤ ਵਿਆਕੁਲ ਹੋ ਗਿਆ, ਬੋਲਣਾ ਬੰਦ ਹੋ ਗਿਆ, ਮੌਤ ਦੇ ਸਾਰੇ ਚਿੰਨ੍ਹ ਦਿਖਾਈ ਦੇਣ ਲੱਗ ਪਏ। ਸਾਰੇ ਸਾਥੀਆਂ ਨੇ ਵੇਖਿਆ, ਸਾਰੇ ਸੇਵਕ ਬੁਲਾਉਂਦੇ ਰਹੇ ਪਰ ਪ੍ਰਾਣ ਨਿਕਲ ਗਏ ਸਨ। ਗੁਰੂ ਜੀ ਨਾਲ ਆਪਣੇ ਵੈਰ ਚਿਤਵਦਾ ਸੀ, ਆਪ ਹੀ ਪਰਲੋਕ ਚਲਾ ਗਿਆ। ਕੋਲ ਬੈਠਿਆਂ ਨੇ ਸਾਰੀ ਰਾਤ ਰੋਂਦਿਆਂ ਬਤੀਤ ਕੀਤੀ। ਜਦ ਸਵੇਰ ਹੋਈ ਤਾਂ ਸਭ ਨੂੰ ਉਠਾਲ ਕੇ ਵੱਡੀ ਚਿਖਾ ਬਣਾਈ, ਚਿਖਾ ਦੇ ਉੱਪਰ ਧਰ ਕੇ ਸਾੜ ਕੇ ਸਾਰੇ ਸਾਥੀ ਬਹੁਤ ਰੋਏ। ਤਿੰਨ ਦਿਨਾਂ ਵਿੱਚ ਫੁੱਲ ਚੁਣ ਕੇ ਸਾਰੇ ਪਿੱਛੇ ਚਲੇ ਗਏ। ਇੱਕ ਸਿੱਖ ਪਹਿਲਾਂ ਹੀ ਕੋਠੇ ਪਿੰਡ ਵਿੱਚ ਖਬਰ ਦੇਣ ਵਾਸਤੇ ਗਿਆ ਸੀ। ਇਹ ਸੁਣ ਕੇ ਪੁੱਤਰ ਅਤੇ ਪਤਨੀ ਬਹੁਤ ਰੋਏ, ਹਾਏ ਹਾਏ ਕਰਕੇ ਰੋਂਦੇ ਸਨ। ਸ਼ਰੀਕੇ ਨੂੰ ਸੋਧ ਨਾ ਸਕਿਆ, ਹੇ ਪਤੀ ਦੇਵ ਪਹਿਲਾਂ ਹੀ ਮਰ ਗਿਆ ਹੈ, ਇਹ ਚੰਗਾ ਨਹੀਂ ਕੀਤਾ, ਮਿਹਰਬਾਨ ਪੁੱਤਰ ਦੀ ਕਦ ਆ ਖਬਰ ਲਵੇਂਗਾ, ਅਸੀਂ ਤੁਹਾਡੇ ਮਰਦੇ ਦਾ ਵੀ ਮੂੰਹ ਨਹੀਂ ਵੇਖ ਸਕੇ, ਇਹ ਕੈਸੀ ਵਿਧ ਬਣਾਈ ਹੈ, ਮੈਂ ਤੁਹਾਨੂੰ ਬਹੁਤ ਰੋਕਦੀ ਰਹੀ ਪਰ ਤੁਸੀਂ ਨਾ ਮੰਨੇ, ਬੜੇ ਭੈੜੇ ਅਪਸ਼ਗਨ ਹੋਏ ਸਨ, ਕਿਵੇਂ ਕੋਈ ਫਲ ਮਿਲਣਾ ਸੀ, ਭਿਆਨਕ ਦੁੱਖ ਦਿੱਤੇ ਹਨ। ਕਿੱਥੋਂ ਤੱਕ ਮੈਂ ਸ਼ੋਕ ਦਾ ਵਰਣਨ ਕਰਾਂ, ਮਾਨੋ ਸ਼ੋਕ ਨੇ ਹੀ ਆ ਘਰ ਕੀਤਾ ਹੈ। ਇੰਨੇ ਵਿੱਚ ਰੋਂਦੇ ਹੋਏ ਸਿੱਖ ਸੇਵਕ ਫੁੱਲ ਲੈ ਕੇ ਆ ਗਏ। ਮਿਹਰਬਾਨ ਨੇ ਬਹੁਤ ਰੋ ਰੋ ਕੇ ਮ੍ਰਿਤੂ ਕਿਰਿਆ ਕਰਾਈ, ਚਾਰ ਗੁਰੂ ਸਾਹਿਬਾਨਾਂ ਦੀ ਬਾਣੀ ਦਾ ਧੰਨ ਦੇ ਕੇ ਪਾਠ ਕਰਵਾਇਆ ਅਤੇ ਸਾਰੇ ਪ੍ਰੇਮ ਨਾਲ ਸੁਣਦੇ ਸਨ। ਫਿਰ ਉਹਨਾਂ ਦੀ ਸੰਗਤ ਨੇ ਆ ਕੇ ਮਿਹਰਬਾਨ ਨੂੰ ਪੱਗ ਬਨਵਾਈ, ਫਿਰ ਸ਼ੌਕ ਮਿਟ ਗਿਆ। ਜਦ ਦਾਸਾਂ ਨੇ ਪ੍ਰਿਥੀਏ ਦੀ ਆਖਰੀ ਖੁਆਇਸ਼ ਸੁਣਾਈ, ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਵੈਰ ਕਰਕੇ ਗੁਰਤਾ ਗੱਦੀ ਪ੍ਰਾਪਤ ਕਰੋ, ਜਦ ਚੰਦੂ ਪਾ ਕਰਕੇ ਉਹਨਾਂ ਨੂੰ ਮਾਰ ਦੇਵੇ ਤਾਂ ਗੁਰਤਾ ਗੱਦੀ ਪ੍ਰਾਪਤ ਕਰਕੇ ਖੁਸ਼ੀਆਂ ਮਨਾਇਓ। ਤੁਹਾਡੇ ਪਿਤਾ ਜੀ ਨੇ ਮਰਦੇ ਸਮੇਂ ਇਹ ਕਿਹਾ ਹੈ, ਇਹ ਸੰਦੇਸ਼ਾ ਸੁਣੋ। ਜਦ ਪੁੱਤਰ ਅਤੇ ਪਤਨੀ ਨੇ ਸੁਣਿਆ ਤਾਂ ਹਿਰਦੇ ਦਾ ਕਲੇਸ਼ ਦੂਰ ਹੋ ਗਿਆ। ਮਿਹਰਬਾਨ ਮਨ ਵਿੱਚ ਮੰਨ ਕੇ ਮੌਣ ਧਾਰ ਕੇ ਘਰ ਵਿੱਚ ਬੈਠ ਗਿਆ। ਇਹ ਇੰਤਜ਼ਾਰ ਕਰ ਰਿਹਾ ਸੀ ਕਿ ਮੈਂ ਗੁਰੂ ਬਣਾਂਗਾ, ਫਿਰ ਇਸ ਦਾ ਕੌਣ ਸਬੱਬ ਹੋਵੇ। ਸੋ ਸਾਧ ਸੰਗਤ ਜੀ, ਇੱਥੇ ਚੌਥੀ ਰਾਸ ਦਾ 26ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਪ੍ਰਸੰਗ ਸੁਣਾਉਂਦੇ ਹੋਏ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।